वाहिगुरु जी का खालसा वाहिगुरु जी की फतेह। अनमोल विचार चैनल विच आप सब जी का स्वागत है। अपनी अज की वीडियो उन्हां दे लई आ जिन्हां दी अख दो तो पंज दे विचकार अपने आप खुल जांदी आ, जां फिर वो किसी अलार्म की सहायता दे नाल उठदे ने। वो अपनी अज की वीडियो नूं पूरा अंत तक ध्यान दे नाल जरूर सुनन, अते वो भी सुनन जिहड़े अमृत वेले दे विच नहीं उठ पाउंदे, क्योंकि जे सुनांगे तां ही पता लगेगा कि अमृत वेले उठण वालियां दे उत्ते सतगुरु सच्चे पातशाह दीआं किंज बरकतां हुंदीआं ने। सतगुरु सच्चे पातशाह उहनां मनुखां दे उत्ते किंज किरपा करदे ने, किंज उहनां दीआं झोलियां बरकतां दे नाल खुशियां दे नाल भरदे ने। तां फिर अज दी वीडियो दे विच आपां अमृत वेले दी गल करनी आ, अमृत वेले दी ताकत बारे गल करनी आ, अमृत वेले दीआं बरकतां दी गल करनी आ। इस करके अपनी अज दी वीडियो नूं पूरा जरूर सुनियो जी, अते कमेंट बॉक्स दे विच जाके धन गुरु नानक देव जी जरूर लिख के आना, क्योंकि अमृत वेले दी दात धन गुरु नानक पातशाह जी दी खुशी तो बिना नहीं मिलदी। जिन्हां दे उत्ते सतगुरु सच्चे पातशाह दी खुशी हुंदी आ, भाव कि जिन्हां तो सतगुरु सच्चे पातशाह बड़े खुश हुंदे ने ना, सब तो पहली दात उहनां नूं अमृत वेले दी मिलदी आ। अते इस अमृत वेले नूं दरगाही वेला कहा है। इस वेले दे विच उठण वाले मनुखां दे एक एक साह दी कीमत पैंदी आ। जिवें आपां उस वेले दे विच एक एक साह लैने आ, साह दे नाल जिवें नाम जपदे आ, तां ਉਹ ਸਾਡੇ ਇੱਕ ਇੱਕ ਸਾਹ ਦੀ ਕੀਮਤ ਪੈਂਦੀ ਆ। ਅੰਮ੍ਰਿਤ ਵੇਲਾ ਸਾਨੂੰ ਕੀਮਤੀ ਬਣਾਉਂਦਾ ਹੈ, ਅੰਮ੍ਰਿਤ ਵੇਲੇ ਉੱਠਣ ਵਾਲੇ ਮਨੁੱਖਾਂ ਦਾ ਮੁੱਲ ਪੈ ਜਾਂਦਾ ਹੈ। ਅਤੇ ਇਹ ਮੈਂ ਨਹੀਂ ਕਹਿ ਰਹੀ, ਇਹ ਬਾਬਾ ਆਨੰਦ ਸਿੰਘ ਜੀ ਆਪ ਸਾਨੂੰ ਸਮਝਾਉਂਦੇ ਸਨ ਕਿ ਅੰਮ੍ਰਿਤ ਵੇਲੇ ਉੱਠਣ ਵਾਲੇ ਮਨੁੱਖ ਦੀ ਕੀਮਤ ਪੈ ਜਾਂਦੀ ਆ। ਅੰਮ੍ਰਿਤ ਵੇਲੇ ਦੇ ਵਿੱਚ ਜਿੰਨੀ ਵਾਰ ਵੀ ਸਾਡੇ ਮੂੰਹੋਂ ਵਾਹਿਗੁਰੂ ਜੀ ਨਿਕਲਦਾ ਹੈ ਨਾ, ਸਮਝੋ ਅਸੀਂ ਕੁਝ ਪ੍ਰਾਪਤ ਕਰ ਰਹੇ ਹਾਂ, ਸਮਝੋ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਬਰਕਤ ਹੋ ਰਹੀ ਆ। ਕਿਉਂਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸਭ ਦੇ ਵੱਸ ਦੀ ਗੱਲ ਨਹੀਂ। ਇਹ ਅੰਮ੍ਰਿਤ ਵੇਲਾ ਜਿੰਨਾ ਭਗਤਾਂ ਨੂੰ ਪਿਆਰਾ ਹੈ ਨਾ, ਉਨਾ ਹੀ ਕਈ ਮਨੁੱਖਾਂ ਦੇ ਲਈ ਇਹ ਸੌਣ ਦਾ ਵੇਲਾ ਹੈ। ਕਈਆਂ ਨੂੰ ਇਸ ਵੇਲੇ ਦੇ ਵਿੱਚ ਬੜੀ ਸੋਹਣੀ ਬੜੀ ਗੂੜੀ ਨੀਂਦ ਆਉਂਦੀ ਆ, ਸਾਰੀ ਰਾਤ ਉਹਨਾਂ ਨੂੰ ਇੰਨੀ ਚੰਗੀ ਨੀਂਦ ਨਹੀਂ ਆਉਂਦੀ ਜਿੰਨੀ ਅੰਮ੍ਰਿਤ ਵੇਲੇ ਦੇ ਵਿੱਚ ਉਹਨਾਂ ਨੂੰ ਆਉਂਦੀ ਆ। ਤਾਂ ਇਸ ਕਰਕੇ ਅੰਮ੍ਰਿਤ ਵੇਲੇ ਉਹੀ ਉੱਠ ਪਾਉਂਦੇ ਨੇ ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਆਪ ਪਿਆਰ ਕਰਦੇ ਨੇ, ਜਿਨ੍ਹਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਕੁਝ ਦੇਣਾ ਚਾਹੁੰਦੇ ਨੇ। ਤਾਂ ਅੰਮ੍ਰਿਤ ਵੇਲੇ ਦੀ ਤਾਕਤ ਨੂੰ ਅੰਮ੍ਰਿਤ ਵੇਲੇ ਦੀ ਪਾਵਰ ਨੂੰ ਸਮਝਣਾ ਹੈ, ਅਤੇ ਹਰ ਹਾਲ ਦੇ ਵਿੱਚ ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰਨੀ ਆ। ਇੱਥੇ ਪਾਤਸ਼ਾਹ ਸਮਝਾਉਂਦੇ ਨੇ ਕਿ ਹਰ ਧਨ ਕੇ ਭਰ ਲਿਓ ਭੰਡਾਰ, ਟੋਟ ਨਾ ਆਵੇ ਜਪ ਨਿਰੰਕਾਰ। ਇਹ ਅੰਮ੍ਰਿਤ ਵੇਲੇ ਦਾ ਵੇਲਾ ਕੁਝ ਪ੍ਰਾਪਤ ਕਰਨ ਦਾ ਵੇਲਾ ਹੈ। ਹੁਣ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਦੁੱਖ ਮੁਸੀਬਤਾਂ ਚਿੰਤਾਵਾਂ ਚੱਲਦੀਆਂ ਨੇ, ਇਹਨਾਂ ਦੁੱਖ ਪਰੇਸ਼ਾਨੀਆਂ ਚਿੰਤਾਵਾਂ ਦਾ ਹੱਲ ਸਾਡੇ ਮਹਾਂਪੁਰਖ ਜੀ ਸਾਨੂੰ ਇੱਕੋ ਹੀ ਦੱਸਦੇ ਨੇ, ਕਹਿੰਦੇ ਅੰਮ੍ਰਿਤ ਵੇਲੇ ਉੱਠ ਨਾਮ ਜਪ। ਬਾਬਾ ਆਨੰਦ ਸਿੰਘ ਜੀ ਦੇ ਕੋਲ ਜਦੋਂ ਵੀ ਕੋਈ ਮਨੁੱਖ ਕੋਈ ਵੀ ਆਪਣੀ ਦੁੱਖ ਤਕਲੀਫ ਲੈ ਕੇ ਜਾਂਦਾ ਸੀ ਨਾ, ਤਾਂ ਬਾਬਾ ਜੀ ਉਹਨੂੰ ਇੱਕੋ ਹੀ ਗੱਲ ਕਹਿੰਦੇ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ, ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਜੀ ਦਾ ਜਾਪ ਕਰ। ਕਿਉਂਕਿ ਉਹਨਾਂ ਨੂੰ ਪਤਾ ਸੀ ਅੰਮ੍ਰਿਤ ਵੇਲੇ ਦੀ ਕੀਮਤ ਬਾਰੇ, ਤਾਂ ਹੀ ਉਹ ਸਾਨੂੰ ਸਮਝਾਉਂਦੇ ਸੀ ਕਿ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਸਭ ਕੁਝ ਮਿਲ ਜਾਂਦਾ ਹੈ, ਸਾਡੇ ਰਸਤੇ ਸਾਫ਼ ਹੋਣੇ ਸ਼ੁਰੂ ਹੋ ਜਾਂਦੇ ਨੇ। ਭਾਵ ਕਿ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਆਏ ਨਾ, ਸਾਨੂੰ ਰਾਹ ਨਹੀਂ ਮਿਲ ਰਿਹਾ, ਤਾਂ ਜਦੋਂ ਆਪਾਂ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਦਾ ਨਾਮ ਜਪਦੇ ਹਾਂ, ਪਾਤਸ਼ਾਹ ਦੇ ਅੱਗੇ ਬੇਨਤੀਆਂ ਕਰਦੇ ਹਾਂ, ਅਰਦਾਸਾਂ ਕਰਦੇ ਹਾਂ, ਤਾਂ ਸਾਡੇ ਉਹ ਰਸਤੇ ਸਾਫ਼ ਹੋਣੇ ਸ਼ੁਰੂ ਹੋ ਜਾਂਦੇ ਨੇ, ਸਾਨੂੰ ਉਹ ਰਸਤੇ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ। ਅਤੇ ਜੇ ਕਿਤੇ ਸਾਡੇ ਮਾੜੇ ਕਰਮਾਂ ਕਰਕੇ ਸਾਡੇ ਸਭ ਪਾਸਿਓਂ ਦਰਵਾਜ਼ੇ ਬੰਦ ਵੀ ਹੋ ਜਾਣ, ਤਾਂ ਵੀ ਕਹਿੰਦੇ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਕੀਤੀ ਹੋਈ ਅਰਦਾਸ ਬੇਨਤੀ, ਅੰਮ੍ਰਿਤ ਵੇਲੇ ਦੇ ਵਿੱਚ ਜਪੇ ਹੋਏ ਨਾਮ 'ਚ ਇੰਨੀ ਤਾਕਤ ਹੁੰਦੀ ਹੈ ਕਿ ਸਾਡੀ ਕਿਸਮਤ ਦੇ ਬੰਦ ਦਰਵਾਜ਼ੇ ਵੀ ਖੁੱਲ੍ਹ ਜਾਂਦੇ ਨੇ। ਚਾਰ ਚੁਫੇਰਿਓ ਵੀ ਨਾ ਹੋ ਜਾਵੇ, ਚਾਰ ਚੁਫੇਰਿਓ ਸਾਡੇ ਲਈ ਰਸਤੇ ਬੰਦ ਹੋ ਜਾਣ, ਤਾਂ ਵੀ ਸਤਿਗੁਰ ਸੱਚੇ ਪਾਤਸ਼ਾਹ ਕੋਈ ਨਾ ਕੋਈ ਰਾਹ ਸਾਡੇ ਲਈ ਕੱਢ ਲੈਂਦੇ ਨੇ, ਸਾਨੂੰ ਉਸ ਮੁਸੀਬਤ ਦੇ ਵਿੱਚੋਂ ਉਸ ਚਿੰਤਾ ਦੇ ਵਿੱਚੋਂ ਕੱਢ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੀ ਪਲ ਦੀ ਖੇਡ ਨਹੀਂ ਆ, ਪਲ ਦੇ ਵਿੱਚ ਕਿਸੇ ਦੀ ਵੀ ਜ਼ਿੰਦਗੀ ਨੂੰ ਬਦਲ ਸਕਦੇ ਨੇ, ਕਿਉਂਕਿ ਉਹ ਸਰਵ ਕਲਾ ਸਮਰੱਥ ਨੇ, ਉਹ ਸਭ ਕੁਝ ਕਰ ਸਕਦੇ ਨੇ। ਤਾਂ ਫਿਰ ਜਦੋਂ ਸਾਨੂੰ ਪਤਾ ਹੈ
कि साडे परम पिता परमात्मा किन्ने वड्डे ने, सब कुछ कर सकदे ने अते उन्हां ने ही करना है, ते फिर आपां क्यों सुत्ते रहिंदे आ, आपां क्यों नहीं जागदे। बाकी दिन दे विच उठ के भी तां भज्जे फिरदे आ ना, उलझे फिरदे आ, पर जे किते अमृत वेले उठ के सब तो पहला मालक दे चरणा दे विच हाजरी लगवाईए, वाहिगुरु जी दा नाम जपिए, अपने वाहिगुरु अकाल पुरख जी दे अगे अरदास बेनती करिए, फिर अपने कम्मां कारां नूं हथ पाईए, तां सोचो साडे कम्म किन्ने आसान हो जाणगे। सतगुरु सच्चे पातशाह आप वरतदे ने उहनां दे कम्मां दे विच जिहड़े सब तो पहला अपने मालक नूं याद करदे ने, जिहड़े कम्मकार शुरू करन तो पहला अपने वाहिगुरु जी दा नाम जपदे ने। वाहेगुरु जी नूं कहिंदे आ कि सतगुरु सच्चे पातशाह आप जी दी कृपा दे नाल ही इह कम्मकार मैनूं मिलिया है, इह किरत मैनूं मिली आ, अते आप जी दी कृपा दे नाल ही मैं इस किरत नूं कर सकदा हाँ, इस जिम्मेवारी नूं निभा सकदा हाँ। आओ सतगुरु सच्चे पातशाह जी मैनूं रस्ता दिखाओ। जदों इंज अरदास बेनती करके अपने कम्मकारां नूं शुरू करदे आ ना, तां सतगुरु सच्चे पातशाह जरूर कृपा करदे ने, तो फिर आपां भी अमृत वेले उठण की कोशिश करनी आ, अते अमृत वेले दे कीमती वेले नूं विरथा नहीं गवाउणा, क्योंकि कई लोग इस वेले दे विच उठ जांदे ने पर वेले नूं संभाल ही नहीं पाउंदे, उह जां तां दुनियावी काम धंधियां दे विच लग जांदे ने, जां फिर कई उठदिआं सार मोबाइल दे उपर अद्धा घंटा एक घंटा गवा देंदे ने, पर जदों भी उठदे आ ना उठदिआं सार पहला मालक दा शुकराना करना कि वाहेगुरु जी तुहाडा शुक्रिया कि तुसीं इस कीमती वेले दे विच मैनूं उठा दिता। फिर इशनान करके गुरबाणी दा पाठ करना है। सब तो पहला चंगा होवेगा जेकर असीं उस वाहेगुरु अकाल पुरख जी दे नाल अपना कनैक्शन कनैक्ट करन दी कोशिश करिए, भाव कि वाहेगुरु जी का जाप करिए, मूल मंत्र जी का जाप करिए, फिर उस तो बाद गुरबाणी का पाठ करके गुरबाणी का ज्ञान हासिल करना, उस तो बाद अपने कम्मां कारां नूं हाथ पाउणा, अते कोशिश करनी है कि सवेर दे वेले दे विच वध तो वध गुरबाणी का पाठ किया जाए, अते जदों घर दे कम करने आ ना उदों भी गुरबाणी का कीर्तन जां फिर गुरबाणी का पाठ अपने टीवी दे उपर जां फिर अपने मोबाइल दे उपर लगा देना चाहिए है। इस दे नाल साडे घर का माहौल ही पॉजिटिव हो जाता है, साडे घर का माहौल ही पवित्र हो जाता है, अते फिर जिहड़े साडे घर दे मैंबर अमृत वेले दे विच नहीं उठदे जां गुरबाणी का पाठ नहीं करदे तां आने बहाने उहनां दे वी कन्नां दे विच गुरबाणी की आवाज़ पैंदी आ, तां गुरबाणी की आवाज़ जिस भी कन्न दे विच पै गई, जिस भी हिरदे दे विच चलेगी ना, उत्थे जाके उहने असर कर देना है। तां इस लई आपां अपने घर दे माहौल नूं बदलण दे लई, अपने परिवार की तंदुरुस्ती तरक्की दे लई वध तों वध घर दे विच गुरबाणी का पाठ करना है, अते गुरबाणी का पाठ जां गुरबाणी का कीर्तन लगा के रखना है, खास करके अमृत वेले दे विच तां जरूर ही घट्टो घट सवेरे 7-8 बजे तक साडे घर दे विच गुरबाणी का कीर्तन चलना चाहीदा है। फिर गुरबाणी की कथा विचार जरूर सुननी चाहीदी है, अते इह कम्म करन दे लई सानू साडे चौथे पातशाह ने कहा है, धन गुरु रामदास जी ने आप सानू सारी जुगत दसी है भी सवेरे उठ के इशनान करना है, पाठ करना है, गुरबाणी का कीर्तन सुनना है, कथा विचार सुननी है, तो फिर साढ़े सतगुरु सच्चे पातशाह ने सानू हुक्म किया है तो साडा फर्ज है कि असीं मन्नीए। सानू किसी भी गुरु साहब ने यह नहीं कहा भी अपने काम कार छड्ड दो अते सिर्फ नाम जपो, सतगुरु सच्चे पातशाह कहिंदे काम कार करदिआं होइआं भी नाम जपो, वह भी प्रमाण आ, भाव कि जे साडे काम बहुत ज़्यादा जरूरी आ ना असीं उन्हां नूं छड्ड नहीं सकदे, तो उन्हां नूं करदिआं करदिआं भी आपां नाल नाल नाम जपदे रहिए, वाहिगुरु जी का जाप करते रहिए, मूल मंत्र जी का जाप करते रहिए, तो सतगुरु सच्चे पातशाह नूं तां वी प्रवान हो जावांगे, तां वी साडी हाजरी लग जाएगी। फिर आओ अज तो ही कोशिश करिए कि अमृत वेले उठिए, क्योंकि ये वेला बहुत पावरफुल आ, कीमती वेला है, साडी जिंदगी सवारी जा सकदी आ।